ਚਲੋ ਹੁਣ ਅਸੀਂ ਜਾਂਦੇ ਅਗਲੇ ਕਾਲਰ ਨਾਲ ਤਾਂ ਦੇਖੀਏ ਕੀ ਕਹਿੰਦੇ। ਹੈਲੋ 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 ਜੀ, ਹਰਪ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਅਸੀਂ ਨਾ ਬ੍ਰਿਟਿਸ਼ ਪਾਸਪੋਰਟ ਬਣਾਏ ਆ। ਹਾਂ, ਤਾਂ ਜਿਹੜੇ ਸਾਡੇ ਪੁਰਾਣੇ ਪਾਸਪੋਰਟ ਉਹਨਾਂ ਦੀ ਹਲੇ ਹੈਗੀ ਆ ਸਾਡੇ ਕੋਲ, ਜਿੱਦਾਂ ਹਲੇ ਫਰਵਰੀ ਜਨਵਰੀ ਚ ਨਿਊ ਹੋਏ ਆ ਸਾਡੇ। ਹਾਂ, ਇੰਡੀਅਨ ਇੰਡੀਅਨ। ਹਾਂਜੀ। ਹਾਂ, ਤਾਂ ਹੁਣ ਬ੍ਰਿਟਿਸ਼ ਹੋ ਗਿਆ ਸਾਡੇ ਕੋਲ। ਹਾਂਜੀ, ਪਰ ਉਹਨਾਂ ਨੂੰ ਅਸੀਂ ਫੇਰ ਮੋੜਨੇ ਲਈ ਹੁਣ ਕੀ ਕਰਨਾ ਪੈਣਾ ਸਾਨੂੰ? ਉਹ ਇੰਡੀਅਨ ਐਮਬੈਸੀ ਜਾ ਕੇ ਤੁਸੀਂ ਦੇ ਸਕਦੇ ਆ, ਹੱਥੀ ਜਾ ਕੇ ਦੇ ਆਓ ਉਹਨਾਂ ਨੂੰ। ਹਾਂਜੀ, ਬਾਈ ਪੋਸਟ ਵੀ ਕਰ ਸਕਦੇ ਆ? ਬਾ ਪੋਸਟ ਨਾ ਕਰੋ ਕਿ ਉਹਨਾਂ ਨੇ ਕਹਿਣਾ ਸਾਨੂੰ ਮਿਲੇ ਨਹੀਂ ਜਾਂ ਗਵਾਚ ਗਏ ਫਲਾਣਾ ਧਮਕੜਾ। ਅੱਛਾ ਜੀ, ਉਹਨਾਂ ਨੂੰ ਹੱਥੀ ਦਿਓ ਤਾਂ ਰਸੀਦ ਲਿਆਓ। ਰਸੀਦ ਲਿਆਓ? ਹਾਂ, ਨਹੀਂ ਤਾਂ ਜੇ ਤੁਸੀਂ ਨਹੀਂ ਦਿੱਤੇ ਨਾ। ਹਾਂਜੀ, ਜਿਨ੍ਹਾਂ ਦੀ ਮਨਿਆਦ ਲੰਘ ਗਈ ਉਹ ਸਾਰਿਆਂ ਸਾਰੇ ਇੰਡੀਅਨ ਪਾਸਪੋਰਟ ਉਹਨਾਂ ਦੇ ਮੱਥੇ ਮਾਰੋ। ਨਹੀਂ, ਮੈਂ ਮੇਰੀ ਸਿਸਟਰ ਕੋ ਜਿੱਦਾਂ 20-21 ਸਾਲ ਹੋ ਗਏ। ਹਾਂ, ਉਹਨਾਂ ਕੋ ਵੀ ਆ, ਪਰ ਉਹਨਾਂ ਦਾ ਵੀ ਮੋੜਨਾ ਪੈਣਾ। ਮੋੜ ਦਿਓ, ਨਹੀਂ ਤਾਂ ਹੁਣ ਜਿਹੜਾ ਹੁਣ ਵੀਜ਼ੇ ਦੇਣ ਵੇਲੇ ਉਹ ਪ੍ਰੋਬਲਮ ਕਰਦੇ ਆ। ਅੱਛਾ ਜੀ। ਹੁਣ ਜੇ ਤੁਸੀਂ ਬ੍ਰਿਟਿਸ਼ ਪਾਸਪੋਰਟ ਦੀ ਵੀਜ਼ਾ ਲਵਾਉਣ ਚੱਲੇ, ਉਹਨਾਂ ਨੇ ਕਹਿਣਾ ਤੁਸੀਂ ਪਹਿਲਾਂ ਪਾਸਪੋਰਟ ਦਿੱਤਾ ਨਹੀਂ ਸਾਨੂੰ। ਹਾਂਜੀ, ਤੇ ਤੁਹਾਨੂੰ ਫਿਰ ਬਹੁਤ ਟਾਈਮ ਲੱਗਣਾ। ਯਾਦ ਹੈਗੀ ਆ ਹਲੇ ਸਾਨੂੰ ਤਾਂ ਮੋੜਨੇ ਪੈਣੇ ਆ। ਤੁਸੀਂ ਭੈਣ ਜੀ ਸਾਰੇ ਮੋੜ ਦਿਓ, ਜਿਨ੍ਹਾਂ ਦੀ ਨੰਗੀਆਂ ਆ ਜਿਨ੍ਹਾਂ ਦੀ ਹੈ ਨਹੀਂ ਮੋੜ ਦਿਓ ਸਾਰੇ। ਹਾਂਜੀ, ਮੋੜਨੇ ਪੈਣੇ ਆ। ਬਿਲਕੁਲ ਮੋੜੋ, ਉਹਨਾਂ ਦੀ ਪ੍ਰਾਪਰਟੀ ਆ, ਉਹਨਾਂ ਨੂੰ ਮੋੜ ਦਿਓ। ਅੱਛਾ ਜੀ। ਹਾਂਜੀ ਹਾਂਜੀ ਭਾਜੀ, ਇੱਕ ਹੋਰ ਗੱਲ ਸੀ, ਅਸੀਂ ਨਾ ਮੁੰਡਾ ਮੰਗਾਇਆ ਸੀ ਇੰਡੀਆ ਤੋਂ। ਹਾਂ, ਜਿੱਦਾਂ ਹੋ ਗਏ ਸਾਨੂੰ ਸਾਲ ਕੁ ਹੋਣ ਇਹਦੇ ਗੱਲ ਨੂੰ। ਨਹੀਂ, ਕਿੱਦਾਂ ਮੰਗਾਇਆ ਸੀ ਤੁਸੀਂ? ਅਸੀਂ ਜਿੱਦਾਂ ਮੇਰੀ ਕੁੜੀ ਨੇ ਦਇਆ ਕਰਕੇ ਹਾਂ ਮੰਗਾਇਆ ਸੀ। ਪਹਿਲਾਂ ਉਹਦੇ ਵੀਜ਼ਾ ਲਗਾ, ਅਪੀਲ ਕਹਿ ਉਹਨੇ ਕਹਿਤਾ ਵੀ ਅਪੀਲ ਕਰੋ। ਠੀਕ ਆ, ਉਹ ਕਰ ਦਿੱਤੀ ਇੱਥੇ। ਦੋ ਮੈਨੂੰ ਲਾਇਆ 2.5 ਯੀਅਰ ਇੱਥੇ ਕੁੜੀ ਨੂੰ ਕੇਸ ਕਰਦੀ ਨੂੰ ਲੜਦੀ ਨੂੰ ਹੋ ਗਿਆ। ਠੀਕ ਆ, ਤਾਂ ਅਪੀਲ ਕੀਤੀ, ਫਿਰ ਕੋਰਟ ਵਿੱਚ ਗਈ, ਉਹਨੂੰ ਵੀਜ਼ਾ ਮਿਲਿਆ, ਫਿਰ ਇੱਥੇ ਆਇਆ। ਜਿੰਨੀ ਵਾਰੀ ਅਸੀਂ ਇੰਡੀਆ ਗਏ ਉਹਨੂੰ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਉਹ ਡਰੱਗ ਖਾਂਦਾ ਸੀ। 4 ਵਾਰੀ ਅਸੀਂ ਗਏ ਵਿੱਚ ਇੰਡੀਆ, ਸਾਨੂੰ ਮਾੜਾ ਵੀ ਭੇਦ ਨਹੀਂ ਲੱਗਣ ਦਿੱਤਾ, ਨਾ ਮੇਰੇ ਭੈਣਾਂ ਨੇ ਨਾ ਮਾਂ ਨੇ ਕਿਸੇ ਨਾਲ ਵੀ। ਅੱਛਾ, ਦੋ ਸਰੀਆ ਮਾਰਦਾ ਸੀ ਇਦਾਂ, ਫਿਰ ਪਤਾ ਨਹੀਂ ਲੱਗਾ ਤੁਹਾਨੂੰ? ਕੁਛ ਨਹੀਂ ਪਤਾ ਲੱਗਾ, ਨਹੀਂ ਦਿੱਤਾ, ਬਸ ਏਦਾਂ ਹੀ ਖੁਸ਼ ਖੁਸ਼ ਨੱਠਾ ਭੱਜਾ ਫਿਰਦਾ। ਖੁਸ਼ ਖੁਸ਼ ਤਾਂ ਹੀ ਸੀਗਾ, ਸਾਨੂੰ ਪਤਾ ਨਹੀਂ ਸੀ ਇਹ ਇਦਾਂ ਦਾ ਹੈ ਨਾ, ਕੀ ਹੋ ਗਿਆ ਸੀ। ਚਲੋ, ਫਿਰ ਉਹ ਮੈਂ ਘਰੋਂ ਨੱਠ ਗਿਆ। ਜਿਹੜੇ ਉਹ 3 ਵੀਕਾਂ ਕਿਸੇ ਨੇ ਆਪਣੇ ਭਣੋਈਏ ਦੇ ਨਾਲ ਕੰਮ ਤੇ ਲਾਈਆਂ, ਤਾਂ ਉਹ ਦੱਸਿਆ ਨੀ ਆ ਕੇ ਪੈਸੇ ਕਿੱਥੇ ਗਏ, ਕਿੱਦਾਂ ਸੀਗੇ, ਕਿੱਦਾਂ ਨਹੀਂ। ਅੱਛਾ, ਉਹ ਤੋਂ ਵੀ ਕੰਮ ਉਥੋਂ ਨਾ, ਫਿਰ ਜਦ ਪੁੱਛਿਆ ਸੀ ਕੀਤੇ ਟੈਲੀਫੋਨ ਲੈ ਕੇ ਦਿੱਤਾ ਵੀ ਚਲੋ ਨਿਆਣੇ ਫੋਨ ਇੱਕ ਦੂਜੇ ਨੂੰ ਕਰਦੇ ਆ ਸਾਰਾ ਕੁਛ, ਪਰ ਉਹਨੇ ਉਹ ਭਣੋਈਏ ਉਹ ਪੈਸੇ ਵੀ ਕਿਸੇ ਨੂੰ ਇੰਡੀਆ ਪਾ ਤੇ, ਪਤਾ ਨੀ ਕਿਤੇ ਪਾ ਤੇ, ਕਦੇ ਕਹੇ ਮੈਂ ਉਦੋਂ ਫੜੇ ਸੀ ਉਹਨੂੰ ਦੇ ਤੇ ਉਹਨੂੰ ਦੇ ਤੇ। ਤਾਂ ਹੁਣ ਉਹਨੂੰ ਅਸੀਂ ਫਿਰ ਘਰੋਂ ਨੱਠ ਗਏ ਯਾਰ, ਪੁੱਛ ਪਛਾਈਆ ਹੋਇਆ। ਅੱਛਾ, ਫਿਰ ਨੱਠ ਗਿਆ ਤਾਂ ਫਿਰ ਮੁੜ ਕੇ ਆਇਆ ਹੀ ਨਹੀਂ। ਹੁਣ ਕਿੱਥੇ ਆ ਪਤਾ ਹੀ ਨੀ ਹੁਣ? ਨਹੀਂ ਪਤਾ ਨੀ ਸਾਨੂੰ, ਫਿਰ ਉਧਰ 12ਵੀਂ ਗੰਮ ਵੱਲ ਕਿਤੇ ਕਿਸੇ ਸੁਣਿਆ ਚਲੇ ਗਿਆ। ਅੱਛਾ, ਫਿਰ ਉਧਰੋਂ ਪਤਾ ਨੀ ਫਿਰ 12ਵੀਂ ਗੰਮ ਤੋਂ ਕਿਸੇ ਦੇ ਡਰੈਸ ਤੋਂ ਕੁੜੀ ਨੂੰ ਡਿਵੋਰਸ ਦੇ ਪੇਪਰ ਭੇਜਦੇ। ਹਾਂ, ਇੱਥੇ ਹੈ ਫੈਲਥਮ ਕੋਈ ਕੋਰਟ ਉਹਦੇ ਵਿੱਚ। ਚਲੋ, ਵਕੀਲ ਇਥੋਂ ਕਰਕੇ। ਹਾਂ, ਤਾਂ ਉਹ ਅੱਛਾ ਮੈਂ ਪੁੱਛਿਆ ਦੱਸਿਆ ਸੀ ਕਿ ਚਲੋ ਦਫਾ ਕਰੋ, ਅਸੀਂ ਇਦਾਂ ਦੇ ਬੰਦੇ ਤੋਂ ਲੈਣਾ। ਹਾਂ ਹਾਂ, ਮੱਥੇ ਮਾਰੋ। ਹਾਂ, ਜੇ ਉਹ ਵੀ ਕਰ ਦਿੱਤੇ। ਹਾਂ, ਹੁਣ ਅਸੀਂ ਇੰਡੀਆ ਜਾ ਗਏ ਆ ਤਾਂ ਨੇ ਨਾਲ ਤਾਂ ਸਾਡੇ ਜਲੰਧਰ ਕੋਠੀ ਆ। ਹੂੰ, ਇੱਥੋਂ ਫਿਰ ਉਹਨੇ ਮੈਂ 12ਵੀਂ ਟੈਲੀਫੋਨ ਤੋਂ ਕੁੜੀ ਨਾਲ ਵਿਆਹ ਕਰਾ ਲਿਆ। ਅੱਛਾ, ਉਦਾਂ ਫੇਰੇ ਕੀਤੇ ਹੋਣੇ ਆ, ਰਜਿਸਟਰ ਕੀਤੇ ਹੋਣੇ ਆ। ਹਾਂ ਹਾਂ, ਫੇਰ ਇੰਡੀਆ ਚਲੇ ਗਿਆ। ਹਾਂ, ਆਪਣੀ ਮਰਜ਼ੀ ਨਾਲ ਜੋ ਕੁਝ ਕੀਤਾ ਉਹਨ ਕੀਤਾ। ਹਾਂ ਹਾਂ, ਅਸੀਂ ਤਾਂ ਉਹਨੂੰ ਕੁਝ ਨਹੀਂ ਕਿਹਾ, ਅਸਾਂ ਕੋਈ ਖਰਚਾ ਵੀ ਨਹੀਂ ਪਾਇਆ ਉਹਦੇ ਸਿਰ ਤੇ। ਹਾਂ ਹਾਂ ਹਾਂ, ਰਾਈਟ। ਹੁਣ ਅਸੀਂ ਇੰਡੀਆ ਗਏ ਸੀ ਤਾਂ ਉਹਨੇ ਮੇਰੀ ਸਿਸਟਰ ਮੈਂ ਅਸੀਂ ਗਏ ਸੀ, ਫਿਰ ਹੁਣ ਬੰਦੇ ਭੇਜੇ ਸਾਡੇ ਮਗਰ ਸਾਤੋਂ ਖੋਚ ਖਿੱਚੋ ਧੂਈ ਕੀਤੀ ਬੈਗਾਂ ਬੁਗਾਂ ਦੀ। ਅੱਛਾ, ਫਿਰ ਹੁਣ ਅਸੀਂ ਹਲੇ ਉਹ ਹਲੇ ਸਾਡਾ ਹੋਇਆ ਨੀ, ਮੇਰੀ ਸਿਸਟਰ ਦੇ ਕਾਫੀ ਸੱਟਾਂ ਲੱਗੀਆਂ, ਉਹ ਹਲੇ ਕਲੀਅਰ ਹੋਇਆ ਨੀ, ਤਾਂ ਹੁਣ ਕੋਠੀ ਦੇ ਵਿੱਚ ਚੋਰੀ ਕਰਵਾ ਤੀ। ਫਿਰ ਤੁਸੀਂ ਉੱਥੇ ਕਿਸੇ ਥਾਣੇਦਾਰ ਨੂੰ ਮਿਲੋ ਤੇ ਇਹਦਾ ਕਰਾਓ ਕੰਮ ਹਨਾ। ਉਹਨੇ ਹੁਣ ਉਹ ਪਹਿਲਾਂ ਆਲਰੇਡੀ ਰੇਪ ਦਾ ਕੇਸ ਉੱਥੇ ਹੋਇਆ ਹੈ, ਸਾਨੂੰ ਉਹ ਵੀ ਨੀ ਪਤਾ ਦੱਸਿਆ ਸੀ ਕਿਸੇ ਨੇ। ਤੁਸੀਂ ਇਹਦੀ ਰਿਪੋਰਟ ਲਿਖਾਉਣੀ ਸੀ ਉੱਥੇ ਇੰਡੀਆ? ਸਾਨੂੰ ਇੱਦਾਂ ਦਾ ਕੁਛ ਪਤਾ ਨੀ, ਅਸੀਂ ਐਮ ਪੀ ਨੂੰ ਵੀ ਇੱਥੇ ਮਿਲੇ ਸੀ, ਕਹਿੰਦੇ ਸੀ ਮੈਂ ਹਾਈ ਕਮਿਸ਼ਨ ਦਾ ਤੁਹਾਨੂੰ ਦੇਊਂਗਾ ਕਰੂੰਗਾ। ਨਹੀਂ, ਐਮ ਪੀ ਨੇ ਇੱਥੇ ਥੋੜੀ ਕੁਛ ਕਰਨਾ, ਤੁਸੀਂ ਬੈਸਟ ਤੇ ਹੀ ਆ ਕਿ ਤੁਸੀਂ ਉੱਥੇ ਇੰਡੀਆ ਦੀ ਰਿਪੋਰਟ ਕਰੋ। ਇੰਡੀਆ ਅਸੀਂ ਫਿਰ ਇੱਥੋਂ ਜਿੱਦਾਂ ਲੈਟਰਾਂ ਪਾਈਆਂ ਦਾ ਆਪਣੇ ਫੈਕਸ ਕਰਾਏ ਆਪਣੇ ਐਮ ਪੀ ਤੋਂ ਵੀ, ਪੀ ਐਨ ਸਾਡੇ ਨਾਲ ਇੱਦਾਂ ਕੀਤੀ ਆ, ਦੂਜਾ ਪਾਸ ਪਹਿਲਾ ਪਾਸਪੋਰਟ ਬਣਾਇਆ ਸੀ ਦੂਜਾ, ਫਿਰ ਜ਼ਿਆਦਾ। ਅੱਛਾ, ਐਮਬੈਸੀ ਐਮਬੈਸੀ ਕਰਤੀ ਹੋਣੀ ਤੁਸੀਂ ਫੈਕਸ ਇੰਗਲੈਂਡ ਦੀ? ਹਾਂਜੀ ਹਾਂ ਹਾਂ, ਤੇ ਉਹ ਕਹਿੰਦੇ ਅਸੀਂ ਉਹਨਾਂ ਦਾ ਲੈਟਰ ਸਾਨੂੰ ਆਇਆ ਹਾਂ ਕਿ ਅਸੀਂ ਫਿਰ ਦੁਬਾਰਾ ਇਹਦਾ ਖਿਆਲ ਰੱਖਾਂਗੇ ਜਦ ਵੀਜ਼ਾ ਲੈਣ ਆਊਗਾ। ਠੀਕ ਆ,
ਹੁਣ ਪਤਾ ਨਹੀਂ ਉਹਨੇ ਵੀਜ਼ਾ ਦੇਣਾ ਕਿ ਨਹੀਂ ਦੇਣਾ ਪਤਾ ਨਹੀਂ ਨਹੀਂ ਚਲੋ ਕਿਆ ਐਮਬੈਸੀ ਵਾਲੇ ਸਾਹਮਣੇ ਰੱਖੂਗੇ ਉਹਦੇ ਸਾਹਮਣੇ ਸਾਰਾ ਕੁਝ ਹਾਂਜੀ ਉਹਦੇ ਕੋਲ ਉਹਦੇ ਸਾਹਮਣੇ ਰੱਖੂਗੇ ਸਾਰਾ ਕੁਝ ਐਮਬੈਸੀ ਵਾਲੇ ਪਤਾ ਨਹੀਂ ਹੁਣ ਕਿਹਦਾ ਹੁਣ ਪਾਸਪੋਰਟ ਕਰੇ ਉੱਤੇ ਪਤਾ ਨਹੀਂ ਕਿੰਨੇ ਲੱਖ ਦੇ ਸੁਣਦੇ ਆ ਉਹ ਫੜਾ ਮਾਰਦਾ ਉੱਥੇ ਮੈਂ ਇੰਨੇ ਲੱਖ ਦੇ ਕੇ ਪਾਸਪੋਰਟ ਵੀ ਬਣਾਇਆ ਅੱਗੇ ਆ ਦੂਜਾ ਪਾਸਪੋਰਟ ਬੀਸੀਓ ਵਾਲਿਆਂ ਦੇ ਆ ਕੇ ਬਣਾਇਆ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਇਹਦੇ ਫਿੰਗਰਪ੍ਰਿੰਟ ਤਾਂ ਹੋਏ ਹੋਣੇ ਪਹਿਲਾਂ ਪਤਾ ਨਹੀਂ ਭਾਜੀ ਜਦੋਂ ਪਹਿਲੀ ਵਾਰੀ ਅਪਲਾਈ ਕੀਤਾ ਹਾਂਜੀ ਤੇ ਜੇ ਫਿੰਗਰ ਹੋਏ ਫਿਰ ਤਾਂ ਗੱਲ ਹੀ ਖਤਮ ਉਂਗਲੀਆਂ ਥੋੜੀਆਂ ਵੱਢਣ ਹੋ ਰਿਹਾ ਹੈ ਪਤਾ ਨਹੀਂ ਹੁਣ ਕੀ ਕੀ ਹੋਇਆ ਹੋਊਗਾ ਮੈਂ ਇਹਦਾ ਸਾਨੂੰ ਹੁਣ ਕੁਛ ਵੀ ਚਲੋ ਕੀ ਆ ਤੁਹਾਡੇ ਹੱਡ ਛੱਟੇ ਹੱਡ ਤਾਂ ਸਾਡੇ ਛੁੱਟੇ ਪਰ ਹੁਣ ਉਹ ਹੈਗੀ ਰਿਸ਼ਤੇਦਾਰੀ ਵਿੱਚ ਆ ਹੁਣ ਉਹ ਧਮਕੀਆਂ ਦੇਣੋਂ ਨਹੀਂ ਛੱਡਦੇ ਹੁਣ ਉਹਦਾ ਕੀ ਸਾਨੂੰ ਉਹਦਾ ਤੁਸੀਂ ਇੰਡੀਆ 'ਚ ਰਿਪੋਰਟ ਲਿਖਾਓ ਤੁਹਾਡੇ ਕੋਈ ਰਿਸ਼ਤੇਦਾਰ ਤਾਂ ਹੋਣਾ ਵਾਕਵ ਰਿਸ਼ਤੇਦਾਰ ਕੋਈ ਨਾ ਕੋਈ ਹਾਂ ਜਾਂ ਤੁਸੀਂ NRI ਸਭਾ ਨੂੰ ਉੱਥੇ ਮਿਲਦੇ NR ਸਭਾ ਨੂੰ ਹਾਂ NRI ਸਭਾ ਨੂੰ ਮਿਲੋ ਉੱਥੇ ਜਲੰਧਰ ਸਾਡੇ ਲਈ ਹੁਣ ਬਸ ਸਮਟਾਈਮ ਅਸੀਂ ਦੋ ਹੀ ਭੈਣਾਂ ਹੀ ਜਾਂਦੀਆਂ ਤੁਸੀਂ NRI ਸਭਾ ਉੱਥੇ ਮਿਲੋ ਹਾਂਜੀ ਉੱਥੇ ਆਪਣੀ ਰਿਪੋਰਟ ਲਿਖਾਓ ਉਹ ਫਿਰ ਦੇਖੂਗੇ ਇਹਨਾਂ ਨੂੰ ਉਹ ਫਿਰ ਨੂੰ ਸਮੈਕੀਆ ਸਹੀ ਬਣਾਉਗੇ ਓਕੇ ਜੀ ਹਾਂਜੀ ਓਕੇ ਜੀ ਚਲੋ ਬ੍ਰੇਕ ਤੋਂ ਪਹਿਲਾਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਇੰਡੀਆ 'ਚ ਤੁਸੀਂ ਧਿਆਨ ਨਾਲ ਕਰੋ ਆਪਣੇ ਵਿਆਹ ਫਿਰ ਨਾ ਗਾਣਾ ਗਾਉਣਾ ਪਵੇ ਕਰ ਲੈ ਸਮੈਕੀਏ ਨਾ ਵਿਆਹ ਨੀ ਕੁੜੀਏ ਪੰਜਾਬ ਆ ਕੇ ਤੇਰਾ ਛੇਦੀ ਛੇਦੀ ਲੈ ਜੂ ਚਾ ਨੀ ਕੁੜੀਏ ਪੰਜਾਬ ਆ ਕੇ ਚਲੋ ਸਮੈਕੀਆਂ ਤੋਂ ਬਚੋ ਅੱਧੇ ਤਾਂ ਸਟੂਡੈਂਟ ਬਣ ਕੇ ਆਏ ਵਾ ਅਤੇ ਹੁਣ ਕੰਬਲ ਭਾਲਦੇ ਆ ਤਰਜਾਈਆਂ ਚਲੋ ਜੈ ਹੋ ਸਮੈਕੀਆਂ ਦੀ ਅਤੇ ਹੁਣ ਅਸੀਂ ਮਿਲਦੇ ਹਾਂ ਤੁਹਾਨੂੰ ਬ੍ਰੇਕ ਤੋਂ ਬਾਅਦ